ਕੁਦਰਤੀ ਆਫਤਾਂ ਦਾ ਵੀ ਜੇ ਕਹੀਏ ਵੀ ਕਿਸਾਨ ਤੇ ਤਾਂ ਲਗਾਤਾਰ ਪੈ ਰਹੀਆਂ ਨੇ ਦੇਖੋ ਪਹਿਲਾਂ ਕਣਕ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਫਸਲ ਦੇ ਮਾਰ ਹੋਈ ਹੈ ਤੇ ਫਿਰ ਵਿਚਦੀ ਆਪਣਾ ਗਾਵਾਂ ਤੇ ਲਰੋਲ ਐਮਪੀ ਪਾਕਸ ਨੇ ਇਸ ਨੇ ਬਹੁਤ ਨੁਕਸਾਨ ਕੀਤਾ ਕਿਸਾਨ ਦਾ ਹੁਣ ਜਿਹੜੀ ਮਾੜੀ ਮੋਟੀ ਆਸੀ ਪਰਮਾਤਮਾ ਤੋਂ ਵੀ 2 ਮਣ ਦਾਣੇ ਵਧੀਆ ਹੋਣਗੇ ਉਹਤੇ ਵੀ ਅਜਾਸਾਂ ਦੇ ਪਰਮਾਤਮਾ ਸਾਡੇ ਪਾਣੀ ਫੇਰਤਾ ਹੁਣ ਇਹ ਦੇਖੋ ਇਹ ਸਾਡੇ ਪੱਠੇ ਨੇ ਪੱਠੇ ਕੰਨੀ ਦਾ ਕੀ ਹਾਲ ਹੋਇਆ ਪਿਆ ਪਾਣੀ ਭਰਿਆ ਪਿਆ ਗਰੇ ਪਏ ਨੇ ਪਹਿਲਾਂ ਤਾਂ ਜੋ ਡੰਗਰ ਬਚੇ ਨੇ ਪਸ਼ੂ ਮਰੇ ਗਏ ਜਿਹੜੇ ਬੱਚੇ ਬੱਚੇ ਸੀ ਉਹਨਾਂ ਦਾ ਸਾਡਾ ਪੱਠੇ ਮਰੇ ਗਏ ਤੇ ਸਾਡਾ ਝੋਨਾ ਇਹ ਦੇਖ ਲੋ ਝੋਨੇ ਦੀ ਹਾਲਤ ਇਹ ਆ ਵੀ ਦਿਖਾਵਾਂਗੇ ਵੀ ਪਾਣੀ ਨੱਕੋ ਨੱਕ ਪਾਣੀ ਭਰਿਆ ਪਿਆ ਠੀਕ ਹੈ ਤੇ ਇਹਦੇ ਦਾਣਾ ਲਗਾਤਾਰ بارشوں ਕਾ ਹੋਣ ਕਾਰਨ ਸਾਡਾ ਦਾਣਾ ਵੀ ਬਿਲਕੁਲ ਕਾਲਾ ਹੋ ਗਿਆ ਜਿਸ ਦੇ ਨਾਲ 30 ਤੋਂ 35% ਸਾਡ ਨੂੰ ਝਾੜ ਦਾ ਨੁਕਸਾਨ ਹੋਣ ਦੀ ਆਸ ਆ ਵੀ ਸਾਡਾ ਨੁਕਸਾਨ ਹੋਊਗਾ ਜੇ ਪ੍ਰਮਾਤਮਾ ਹਲੇ ਹੋਰ بارش ਨਾ ਕਰੇ ਸਰਕਾਰਾਂ ਤਾਂ ਚਲੋ ਜੋ ਨਹੀਂ ਕਰਦੀਆਂ ਕੋਈ ਕੁਝ ਨਾ ਕਰਨ ਪਰਮਾਤਮਾ ਨੂੰ ਤੁਸੀਂ ਅਸ ਅਸ ਕਰਦੇ ਆਂ ਵੀ ਪਰਮਾਤਮਾ ਸਾਨੂੰ ਬਖਸ਼ ਦੇ ਹੁਣ ਸਾਡੀ ਖੇਤੀ ਤੇ ਕਿਸਾਨੀ ਜਿਮਾਰਚ ਲਣਦੀ ਹੈ ਸਿਤ ਨਹੀਂ ਰਹੀ ਵੀ ਇੰਨਾ ਨੁਕਸਾਨ ਹੋ ਰਿਹਾ ਵੀ ਮਤਲਬ ਕਿ ਖੇਤੀ ਛੱਡਣ ਨੂੰ ਮਨ ਕਰਦਾ ਐਨਾ ਜਿਆਦਾ ਦੁਖੀ ਹੋ ਗਿਆ ਐਨਾ ਜਿਆਦਾ ਦੁਖੀ ਆ ਖੇਤੀ ਛੱਡਣ ਨੂੰ ਜੀ ਕਰਦਾ ਕਣਕ ਸੀ ਕਣਕ ਚੋਂ ਨਹੀਂ ਕੁਝ ਮਤਲਬ ਕਿ ਖੇਤੀ ਛੱਡਣ ਨੂੰ ਮਨ ਕਰਦਾ ਐਨਾ ਜਿਆਦਾ ਦੁਖੀ ਹੋ ਗਿਆ ਐਨਾ ਜਿਆਦਾ ਦੁਖੀ ਆ ਖੇਤੀ ਛੱਡਣ ਨੂੰ ਜੀ ਕਰਦਾ ਕਣਕ ਸੀ ਕਣਕ ਚੋਂ ਨਹੀਂ ਕੁਝ ਕੱਟਿਆ ਜੀਰੀ ਦੇ ਆ ਹਾਲ ਨੇ ਵੀ ਇਹਨਾਂ ਨੂੰ ਫਸਲ ਵੱਢਣੀ ਆ ਵੀ ਕਿਸ ਤਰ੍ਹਾਂ ਇਹ ਪਾਣੀ ਸੁੱਕੂਗਾ ਕੀ ਕਰਾਂਗੇ ਅਸੀਂ ਜਿਹੜਾ ਬਰਸਾਤ ਕਰਕੇ ਨੇੜਲੇ ਪਿੰਡਾਂ ਤੋਂ ਪਾਣੀ ਵੀ ਇੱਧਰ ਨੂੰ ਆ ਰਿਹਾ ਬਿਲਕੁਲ ਆ ਰਿਹਾ ਜੀ ਪਾਣੀ ਆ ਰਿਹਾ ਉਹ ਫਸਲਾਂ 'ਚ ਖੜਨਾ ਵੀ ਇਹ ਵੀ ਆ ਵੀ ਜਿਹੜਾ ਪਾਣੀ ਪੈ ਗਿਆ ਪੈ ਗਿਆ ਪਰ ਪ੍ਰਮਾਤਮਾ ਨਿਯੋਗ ਨੁਕਸਾਨ ਕਰਨਾ ਤੇ ਸਾਡਾ ਕਰਤਾ ਪਰੰਤੂ ਜਿਹੜਾ ਦਾ ਅੱਜ ਦਾ ਇਹ ਹੋਰ ਬਣ ਗਿਆ ਬਾਰਸ਼ ਦਾ ਪਾਣੀ ਦੂਜੇ ਪਿੰਡਾਂ 'ਚ ਆਉਣ ਨਾਲ ਵੀ ਜਿਹੜੀ ਫਸਲ ਬਚੀ ਆ ਕੀ ਅਸੀਂ ਉਹ ਵੱਢ ਪਾਵਾਂਗੇ ਜਾਂ ਨਾ ਕਾਲਾ ਦਾਣਾ ਦਿਖਾਵਾਂਗੇ ਸਾਨੂੰ ਤੁਸੀਂ ਬਿਲਕੁਲ ਤੁਸੀਂ ਕਹਿ ਰਹੀ ਸੀ ਗੱਲ ਕਰ ਰਹੀ ਸੀ ਆ ਦੇਖੋ ਜੀ ਇਹ ਕਾਲਾ ਦਾਣਾ ਬਣ ਚੁੱਕਿਆ ਅੱਛਾ ਇਹ ਕੀ ਬਣ ਚੁੱਕਿਆ ਬੱਜੀ ਇਹ ਕਾਲਾ ਦਾਣਾ ਹੋ ਗਿਆ ਇਹ ਲਗਾਤਾਰ ਹਵਾ ਚੱਲਣ ਨਾਲ ਤੇ ਪਾਣੀ ਲੱਗਣ ਕਾਰਨ ਬੂਰ ਝੜ ਗਿਆ ਤੇ ਦਾਣਾ ਦਾਣੇ ਦਾ ਜਿਹੜਾ ਚੌਲ ਬਣਦਾ ਸੀ ਚੌਲ ਨਹੀਂ ਹੁਣ ਬਣਦਾ ਇਹੋ ਇਹਨੇ ਖਾਲੀ ਰਹਿ ਜਾਣਾ ਖਾਲੀ ਰਹਿਣਾ ਇਹਦੇ ਨਾਲ ਝਾੜ ਵੀ ਘਟੂ ਕਾਫੀ ਹਾਂਜੀ ਇਹਨਾ 30 35% ਤੋਂ ਉੱਪਰ ਝਾੜ ਘਟਣਾ ਹੈ ਕੀ ਮੰਗ ਕਰਦੇ ਹਾਂ ਮੰਗ ਤਾਂ ਇਹੀ ਕਰਦੇ ਆ ਸਰਕਾਰ ਕੁਝ ਕਿਸਾਨਾਂ ਬਾਰੇ ਕੁਝ ਸੋਚਦੀ ਹੈ ਤਾਂ ਕੋ ਕੁਸਣਾ ਕੁਸਕਸਾਨਾ ਮੌਜਾ ਦੇ ਬਿਰਨ ਦੀ ਬਾਹ ਫੜੇ ਨਹੀਂ ਤਾਂ ਖੇਤੀ ਦਾ ਇਸ ਬਾਰ ਦੀ ਹਾਲਾਤ ਇਹ ਨੇ ਵੀ ਕਿਸਾਨ ਫਿਰ ਘਾਟੇ ਜਾਊਗਾ ਖਤ ਬੰਨਣ ਤੱਕ ਦੀ ਨੋਬਤ ਆ ਵੀਰ ਬਿਲਕੁਲ ਕਿਸਾਨ ਕੀ ਕਰ ਸਕਦਾ ਸਰਕਾਰਾਂ ਬਾਹ ਨਹੀਂ ਫੜਦੀਆਂ ਪਰਮਾਤਮਾ ਸਾਥ ਨਹੀਂ ਦੇ ਰਿਹਾ ਦੁਖੀ ਅੱਖ ਚੁੱਕੇ ਤੁਸੀਂ ਖੇਤੀ ਦੁਖ ਚੁੱਕੇ ਜੀ ਹੁਣ ਇਹੀ ਕਾਰਨ ਹੈ ਜਿਹੜਾ ਅੱਜ ਦੇ ਬੱਚੇ ਨੇ ਬੱਚੇ ਹਰ ਇੱਕ ਬੱਚਾ ਬਾਹਰ ਨੂੰ ਭੱਜ ਰਿਹਾ ਬੀਓ ਜਿਹੜਾ ਜਿਮੀਦਾਰਾਂ ਦੇ ਬੱਚੇ ਨੇ ਕਿਸਾਨਾਂ ਦੇ ਪੁੱਤ ਪੁੱਤਾਂ ਨੇ ਲੋਕੋ ਲਾਤਾ ਖੇਤੀ ਲਾਹੇ ਬੰਦ ਨਹੀਂ ਰਹੀ ਵੀ ਇਹ ਨਾ ਹੋਵੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਤੁਸੀਂ ਕੁਛ ਨਾ ਕੁਛ ਕਰੋ ਕਿਤੇ ਇੱਥੇ ਖੇਤੀ ਕਰਨ ਜੋ ਲੋਕੇ ਨਾ ਬਚਣ ਕੀ ਨਾਮ ਹੈ ਟੁਟਾ ਹਰਜੀਤ ਮਾਹੀ ਹੈ ਜੀ ਕਿਵੇਂ ਦੇਖਦੇ ਹੋ ਮੈਨਾ ਪ੍ਰਸਾਦ ਪਈਆ ਦੋ ਦਿਨ ਤੋਂ ਲਗਾਤਾਰ ਕੁਦਰਤੀ ਆਫਤ ਨੇ ਛੋਟੀਆਂ ਫਸਲਾਂ ਬਰਬਾਦ ਕਰਤੀਆਂ ਹਾਂ ਸਰ ਦੇਖੋ ਪੂਰਾ ਕਹਿੰਦ ਨੇ ਸਾਡਾ ਨੁਕਸਾਨ ਹੋ ਗਿਆ ਤੇ ਆਹ ਸਾਰੀ ਦੇਖ ਲੋ ਫਸਲ ਬਿਲਕੁਲ ਬਰਬਾਦ ਹੋ ਗਈ ਇਹਦੇ ਨਾਲ ਵੀ ਅਸੀਂ ਵੀ ਬਰਬਾਦ ਹੋ ਗਏ ਵੀ ਇਹ ਪੁੱਤਾ ਵਾਂਗੂ ਫਸਲ ਪਾਲੀ ਹੋਈ ਸੜਾ ਦੇਖ ਲੋ ਕੀ ਹਾਲ ਹੈ ਜੀ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਵੀ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਵੇ ਤੇ ਸਾਨੂੰ ਕੋਈ ਰਾਹਤ ਮਿਲੇ ਸੜਾ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਆਫ਼ਤ ਨਾਲ ਜੀ ਬਹੁਤ ਜਿਆਦਾ ਹਾਂਜੀ ਹਾਂਜੀ ਬਹੁਤ ਜਿਆਦਾ ਕੁਦਰਤੀ ਆਫ਼ਤ ਨਾਲ ਨੁਕਸਾਨ ਹੋ ਗਿਆ ਪੁੱਤਾ ਵਾਂਗੂ ਫਸਲ ਪਾਲੀ ਹੋਈ ਈ ਸਾਰੇ ਤੇ ਪਾਣੀ ਫਿਰ ਗਿਆ ਸੜਾ ਬਹੁਤ ਮੁਸ਼ਕਲ ਹੋ ਰਹੀ ਹੈ ਸੜਾ Subscribe to One India channel and never miss an update.